है यार। वीडियो बना लो तुम उपर कर यार पंजाबीयत दा हिंदू सिख एकता दा मदई आ उह पंजाब च मुड़ के उह हालात नहीं वेखना चाहुंदा जदो हजारां लखां कीमती जाना गई और जो कुछ जनाले च होया उसकी हरेक ने निंदा की। गुरु ग्रंथ साहब महाराज जी का ओट आसरा नहीं लिया गया आड़ लई और उस आड़ च निहत्या ते जिस गुरु ग्रंथ साहब महाराज के चरणों च असी सरबत दे भले की अरदास करते हैं भला तां कि उत्थे एक आपदी जिवें दो बच्चे लड़दे ना न्याणे ਉਹ ਡੁਪਲੀਕੇਟ ਤੇ ਉਹ ਦੂਜੇ ਨਾਲ ਲੜਿਆ ਕਿਹਦੇ ਕਮੈਂਟਾਂ ਤੇ ਯਾਰ ਦੱਸੋ ਕਿਸੇ ਗੁਰੂ ਦੇ ਸਿੱਖ ਨੂੰ ਕਮੈਂਟ ਦਾ ਕੋਈ ਅਸਰ ਹੈ? ਕਮੈਂਟ ਬੜੀ ਦੁਨੀਆ ਕਰਦੀ ਹੈ। ਗੁਰੂ ਦੇ ਸਿੱਖ ਦਾ ਵਿਸ਼ਾਲ ਹਿਰਦਾ ਹੁੰਦਾ। ਚਲੋ ਜੋ ਕੁਛ ਉੱਥੇ ਹੋਇਆ ਮੈਂ ਉਹਦੀ ਪਹਿਲਾਂ ਵੀ ਉਸਨੂੰ ਕੰਡੈਮ ਕੀਤਾ ਔਰ ਮੈਂ ਸਰਕਾਰ ਦਾ ਬੜਾ ਵੱਡਾ ਫੇਲੀਅਰ ਮੰਨਦਾ। ਅੱਜ ਵੀ ਦੇਖੋ ਸਰਕਾਰਾਂ ਬਦਲਦੀਆਂ ਰਹਿਣਗੀਆਂ। ਅਸੀਂ ਵੀ ਕਈ ਅਫਸਰਾਂ ਨਾਲ ਆਪਦੇ ਵੇਲੇ 'ਚ ਜਦੋਂ ਐਜ ਮਿਨਿਸਟਰ ਐਜ ਐਮ ਐਲ ਏ ਕੰਮ ਕੀਤਾ ਭਾਈਚਾਰਕ ਵੀ ਹੁੰਦੀ ਆ ਇਨਸਾਨੀਅਤ ਵੀ ਹੁੰਦੀ ਆ। 18 ਟਾਂਕੇ ਐਸਪੀ ਦੇ ਲੱਗੇ ਹੋਣ ਯੁਵਰਾਜ ਸਿੰਘ ਦੇ ਦੇਖੋ ਉਹਦਾ ਪਤਾ ਲੈਣਾ ਮੈਂ ਸਮਝਦਾ ਹਰੇਕ ਪੰਜਾਬੀ ਦਾ ਫਰਜ਼ ਜਿਨ੍ਹਾਂ ਨੇ ਐਡਾ ਸੰਯਮ ਵਿਖਾਇਆ 18 ਟਾਂਕੇ ਲਵਾ ਲਏ ਸਿਰ ਪੜਵਾ ਲਿਆ ਉਹ ਸਾਰੇ ਮੁਲਾਜ਼ਮਾਂ ਦਾ ਪਤਾ ਲੈਣਾ ਚਾਹੀਦਾ। ਇਸ ਲਈ ਇਹ ਮੁਲਾਜ਼ਮਾਂ ਦਾ ਪਤਾ ਇਸ ਲਈ ਲੈ ਰਿਹਾ ਕਿਉਂਕਿ ਉਹਨਾਂ ਨੇ ਤਾਂ ਆਪਦੀ ਡਿਊਟੀ ਕਰ ਰਹੇ ਸੀ ਉਹਨਾਂ ਦੀ ਪਰਸਨਲ ਲੜਾਈ ਕੋਈ ਨਹੀਂ। ਮਗਰ ਜਿਨ੍ਹਾਂ ਨੇ ਨਿਹੱਤਿਆਂ ਤੇ ਵਾਰ ਕੀਤਾ ਉਹ ਆਪਦੇ ਆਪ ਨੂੰ ਗੁਰੂ ਦੇ ਸਿੱਖ ਹੋਣ ਲੋਕ ਜੋਗੇ ਹੈ ਕਿ ਨਹੀਂ ਜੋਗੇ ਤਾਂ ਸਵਾਲ ਆਪਦੇ ਆਪ 'ਚ ਕਰਨ ਆਪਦੇ ਆਪ ਨੂੰ। ਗੁਰੂ ਦਾ ਸਿੱਖ ਤਾਂ ਹਰੇਕ ਦਾ ਭਲਾ ਮੰਗਦਾ ਇਹ ਕਿੱਥੋਂ ਦਾ ਸਿਸਟਮ ਹੈ? ਔਰ ਜਿਸ ਥਾਣੇ 'ਚ ਲਾਹਣ ਵੀ ਪਈ ਸੀ ਜਿਸ ਥਾਣੇ 'ਚ ਕੁੱਕੜ ਵੀ ਵੱਢੇ ਜਾਂਦੇ ਆ ਜਿਸ ਥਾਣੇ 'ਚ ਹਰ ਕਿਸਮ ਦਾ ਉੱਥੇ ਰਿਕਵਰੀ ਹੋ ਕੇ ਉੱਥੇ ਜਾਂਦੀ ਹੈ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਲੈ ਜਾਓ ਤੁਸੀਂ ਕਿੱਡੇ ਕੁ ਸਿਆਣੇ ਹੋ ਕਿੱਡੀ ਅਕਲ ਵਾਲੇ ਗੱਲ ਤਾਂ ਇੱਥੋਂ ਹੀ ਸਮਝ। ਭਾਈ ਅੰਮ੍ਰਿਤਪਾਲ ਨੇ ਆਪ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਪਾਲ ਦੇ ਵੱਲੋਂ ਕਿਉਂਕਿ ਇੱਕ ਥਾਣੇ ਦੇ ਨਰਾਦਰ ਤਾਂ ਬਹੁਤ ਵੱਡਾ ਕੀਤਾ ਜੀ। ਔਰ ਜੇ ਜਿਹੜਾ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਿਲੋਂ ਸਤਿਕਾਰ ਕਰਦਾ ਨਾ ਮੇਰਾ ਵੀਰ ਇੱਕ ਹੁੰਦਾ ਆਪ ਦੀ ਪਰਸਨਲ ਲੜਾਈ ਉਹਨਾਂ ਦੀ ਪਰਸਨਲ ਲੜਾਈ ਹੈ ਕਿਸੇ ਨਾਲ ਪਰਸਨਲ ਲੜਾਈਆਂ ਤਾਂ ਫਿਰ ਹਰ ਘਰ 'ਚ ਹੀ ਨੇ ਕਿਸੇ ਨਾ ਕਿਸੇ ਦੀ ਫਿਰ ਉਹ ਹਰੇਕ ਤਰ੍ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਆਪਦੇ ਮਫਾਦ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਊਗੀ। ਔਰ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਣਾ ਹੁੰਦਾ ਨਾ ਜਿਹੜਾ ਸਤਿਕਾਰੀ ਬੰਦਾ ਹੁੰਦਾ ਪਹਿਲਾਂ ਉਸ ਜਗ੍ਹਾ ਦੀ ਸਫਾਈ ਹੁੰਦੀ ਹੈ ਪਾਣੀ ਨਾਲ ਸੜਕਾਂ ਸਾਫ ਕੀਤੀਆਂ ਜਾਂਦੀਆਂ ਨੇ ਜਗ੍ਹਾ ਧੋਈ ਜਾਂਦੀ ਹੈ ਫਿਰ ਝਾੜੂ ਮਾਰਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਫੁੱਲ ਵਿਛਾਏ ਜਾਂਦੇ ਆ ਤੇ ਜਿਹੜੇ ਇਸ ਤੋਂ ਵੀ ਵੱਧ ਅਦਬ ਸਤਿਕਾਰ ਦਿੰਦੇ ਜਿਨ੍ਹਾਂ ਦੀ ਸਮਰੱਥਾ ਅਲਾਊਟ ਕਰਦੀ ਆ ਉਹ ਨਵੇਂ ਕੱਪੜੇ ਦੇ ਥਾਨ ਲੈ ਕੇ ਥਾਨ ਵਿਛਾਉਂਦੇ ਨਵਾਂ ਕੱਪੜਾ ਕਿ ਮੇਰੇ ਮਾਲਕ ਨੇ ਇਸ ਰਸਤੇ ਤੋਂ ਚੱਲ ਕੇ ਜਾਣਾ ਉਹਨੂੰ ਸਤਿਕਾਰ ਕਹੀ। ਡੀਜੀਪੀ ਨੇ ਜਿਹੜਾ ਕੋਈ ਬਿਆਨ ਦਿੱਤਾ ਆਪਦੀ ਆੜਤ ਲਈ ਵਰਤਣਾ ਉਹਨੂੰ ਸਤਿਕਾਰ ਨਹੀਂ। ਡੀਜੀਪੀ ਦੇ ਬਿਆਨ ਤੋਂ ਬਾਅਦ ਅਮਰਿਤਪਾਲ ਸਾਹਿਬ ਕਹਿੰਦੇ ਆ ਕਿ ਫਿਰ ਉਸੇ ਤਰੀਕੇ ਦੇ ਡੀਜੀਪੀ ਫੇਲੀਅਰ ਹੈ ਜੀ। ਡੀਜੀਪੀ ਸ਼ੁੱਡ ਰਿਜ਼ਾਈਨ ਚੀਫ ਮਿਨਿਸਟਰ ਐਜ਼ ਹੋਮ ਮਿਨਿਸਟਰ ਸ਼ੁੱਡ ਰਿਜ਼ਾਈਨ ਔਰ ਉਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ। ਜੇ ਉਹ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬੀਆਂ ਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ ਦੱਸੋ ਕਦੋਂ ਤੁਹਾਨੂੰ ਯਾਦ ਆਉਂਦਾ ਕਿ ਕਿਸੇ ਥਾਣੇ ਤੇ ਕਬਜ਼ਾ ਹੋ ਗਿਆ? ਥਾਣੇ ਤੇ ਕਬਜ਼ਾ ਹੋ ਜਾਵੇ ਪੁਲਿਸ ਵਾਲਿਆਂ ਨੂੰ ਅਟੈਕ ਹੋ ਜਾਵੇ ਥਾਣੇ ਦੇ ਅੰਦਰ ਤੇ ਕਿਸੇ ਡੀਜੀਪੀ ਫਿਰ ਉਹ ਤੁਹਾਨੂੰ ਤੇ ਮੈਨੂੰ ਕੀ ਉਹਨੇ ਇਨਸਾਫ ਦੇਣਾ? ਔਰ ਹਲੇ ਤੱਕ ਪਰਚਾ ਦਰਜ ਨਹੀਂ ਹੋਇਆ ਏਡੀ ਵੱਡੀ ਉੱਥੇ ਮਤਲਬ ਅਸਲੇ ਇੱਕ ਤੇ ਆਮ ਤੌਰ ਤੇ ਕਿਸੇ ਦੇ ਸੋਸ਼ਲ ਮੀਡੀਆ ਪੇਜ 'ਚ ਵੈਪਨ ਉਹ ਛੋਟੇ ਜਿਹੇ ਮੁੰਡੇ ਦੀ ਮੈਂ ਵਿਖਾਈ ਸੀ ਗੁਰਨਾਜ ਦੀ ਉਹਦੀ ਅਸਲਾ ਸੀ ਉਹਦੇ ਹੱਥ 'ਚ 10 ਸਾਲ ਪੁਰਾਣੀ ਫੋਟੋ ਤੇ ਪਰਚਾ ਹੋ ਗਿਆ ਕਈਆਂ ਤੇ ਪਰਚੇ ਹੋ ਗਏ। ਇੱਕ ਲਾਇਸੈਂਸ ਤੇ ਸਿਰਫ 25 ਰਾਊਂਡ ਅਲਾਊਡ ਆ 300 ਰਾਊਂਡ ਉਹ ਲੈ ਕੇ ਬੈਠੇ ਇੰਨਾ ਅਸਲਾ ਸੀ ਕੋਈ ਕਾਰਵਾਈ ਨਹੀਂ। ਇਸ ਲਈ ਮੈਂ ਕਹਿੰਦਾ ਇਹ ਸਰਕਾਰ ਦਾ ਭਗਵੰਤ ਮਾਨ ਦੀ ਸਰਕਾਰ ਦਾ ਡੀਜੀਪੀ ਦਾ ਇਹ ਡੁਪਲੀਕੇਟ ਨਾਲ ਅੰਮ੍ਰਿਤਪਾਲ ਨਾਲ ਫਿਕਸਡ ਮੈਚ ਹੈ ਇਹ ਸਟੇਜ ਮੈਨੇਜਡ ਹੈ ਇਹ ਆਪਸ 'ਚ ਰਲੇ ਆ ਇਹ ਪੰਜਾਬ ਦੇ
पोलराइजेशन की एक बहुत वड्डी साजिश है जेडे ए एक्टर ने नहीं कोई आज भी एक्शन लेंदे सो बड़ा क्लियर है जद इन्हां नूं नहीं पता लग्या 70 किलोमीटर कित्थों चल के आ गया एक थाना सी रैया टांगरा खलचिया जंडियाला गुरु दुबुरजी पुलिस लाइन आ एयरपोर्ट का थाना राजा संसी वेरका फिर अजनाला इनिया थावा तो लंघ तो इनू तदे कहिंदे आ फिक्स्ड मैच लगदा वोट बैंक दी राजनीति कीती गई होर की हो रहा जी उस डांग नहीं चुकी गई थी थानू पता जी उस दिन होटल दी किन्नी कैंसलेशन हुई है 40-45% 50% कैंसलेशन हो गए जिन्हां दे लोकां दी रोजी नू अगे नहीं मिलदी लोकां नू नौकरी ते जिन्हां दे ढिड नू उस दिन लत वजी उहदे लई कौन जिम्मेवार की सरकार कंपनसेट कर रही है इसलिए फिक्स्ड मैच है जी ये रल के खेडिया जा रहा है और अज जिहड़ा बंदा डीजीपी नू थ्रेट कर रहा है जिहड़ा जाके थाने ते कब्जा कर रहा फिर आम नागरिक नू मैसेज की है लोग समय पे ऑल इज नॉट वेल सर कोर्ट को आम नागरिक नु एक मैसेज हो गया कि पुलिस को ना जायो एक कुछ ना करन जो सर कोर्ट को हुन फैसला आ पुलिस नहीं कर सकदी पुलिस थोड़ी जान माल दी रखिया नहीं कर सकदी सर कोर्ट को रिपोर्ट को कितना जाएगा देखो रिपोर्ट बारे पढ़ांगे ते ओदे बारे टिप्पणी है ता सियासी जी ए ता पहला ही भगवंत मान होरां ने पहला ही कहता सी ए रिपोर्ट उहनां ने थोड़ी बनाई अफसरां ने इत्थे इहनां दी सियासी रिपोर्ट आ बंदे दा पुत बना देंगे जिहड़ा आपदा देश दा माहौल खराब कर मैं थोनूं पहला कहा कि देश पहला पंजाबीयत पहला भाईचारे सांझ पहला ये हालात नहीं पहला हो ਤਾਂ ਠੀਕ ਹੈ ਸੋਰੀ।